ਬਾਬਾ ਨੇ ਕੋਈ ਕੰਮ ਹੀ ਕਰ ਕੀਤਾ ਕਰਨਾ ਮੁਰਾਦਾ ਵਾਹ ਵੇ ਅੱਬਾ ਵਾਹ ਹਰ ਵਾਰੀ ਅਮਨੀ ਕੰਮ ਕਰ ਰਾ ਓਏ ਮੇਰੇ ਬਾਰੇ ਸੋਚ ਸਰਦੀਆਂ ਉਤੂ ਆ ਗਏ ਬਾਕੀ 14 ਡੇੜੇ ਰਹਿ ਗਏ ਮੇਰੀ ਸ਼ਾਦੀ ਕਰਵਾ ਮੇਰੀ ਜਵਾਨੀ ਫੜਦੀ ਪਈ ਹੈ ਕੰਮ ਜਿਹੜੀ ਖੱਜੀ 217 ਨੰਬਰ ਕੋ ਕੀੜਾ ਲਗਾ ਖੜੇ ਹਾਂ ਉਹਦਾ ਕੀੜਾ ਕਾਢਾ ਤੇਰੀ ਸ਼ਾਦੀ ਕਰਾ ਅੱਬਾ ਪਹਿਲੇ ਮੇਰਾ ਕੀੜਾ ਤੇ ਮਰਵਾ ਤੇਰਾ ਪੁੱਤਰਾ ਵੱਡਾ ਅੱਬਾ ਹਾਂ ਮੇਰਾ ਅੱਬਾ ਕੌਣ ਹੈ ਮਾਇਆ ਕੁੱਤੇ ਦਾ ਪੁੱਤਰ ਕੌਣ ਹੈ ਦਾ ਖਰਾਬ ਕਰੇ ਪਿਓ ਕੋ ਆਦੇ ਵਜੋਂ ਪਹਿਲੇ ਖੱਜੀਆਂ ਦਾ ਭੁਗਤਾ ਹੋ ਵੇਦਾ ਪਿਆ ਵੇ ਨਾ ਮੁਰਾਦਾ ਹਾਂ ਕਿਹਦੇ ਚੜਿਆ ਵੇ ਨਹੀਂ ਖੱਜੀ ਤੇ ਚੜਿਆ ਵੇ ਨਾ ਬੇ ਕਿਹਦੇ ਚੜਿਆ ਵੇ ਨਾ ਖੱਜੀ ਤੇ ਚੜੀ ਬੇ ਪਾਸੇ ਨਾ ਚੜੀ ਚਲੇ ਲੈ ਮੇਰੀ ਗੱਲ ਸੁਣ ਹਾਂ ਮੈਂ ਖੱਜੀ ਤੇ ਕਹਨਾ ਚੜਦਾ ਕਿੱਥਾ ਚੜਸੀ ਜਿੱਥਾ ਤੂੰ ਆਦਾ ਪੈਣ ਬੇ ਪਾਸੇ ਚੜ ਤੂੰ ਆਦਾ ਤਾਂ ਆ ਪਈ ਮੈਂ ਇਹ ਆਖੇ ਖੱਜੀ ਤੇ ਚੜੀ ਕਿਥੀ ਬੇ ਪਾਸੇ ਨਾ ਮੂੜੇ ਵੀ ਅੱਛਾ ਉਹ ਨਾ ਅੱਬੇ ਦੀ ਗੱਲ ਤਾਂ ਮੰਨਣੀ ਪੈਂਦੀ ਹੈ ਹਾਂ ਅੱਬਾ ਕੀ ਆਖੇ ਤੇਰਾ ਅੱਬਾ ਪਤਾ ਨਹੀਂ ਕੀ ਆਖੇ ਹਾਂ ਅੱਬਾ ਕੇ ਪਹਿਲੇ ਸਾਰੇ ਖੱਜੀਆਂ ਦੇ ਕੀੜੇ ਮਾਰ ਵਾਲ ਤੇਰੀ ਸ਼ਾਦੀ ਕਰਵੇ ਸਾਂ ਮੈਂ ਕਿਹਾ ਅੱਬਾ ਨਾ ਪਹਿਲੇ ਮੇਰਾ ਕੀੜਾ ਮਾਰ ਇਹ ਸ਼ਾਦੀ ਵਾਲਾ ਤੇਰਾ ਮੇਰਾ ਹਾਂ ਪਹਿਲੇ ਸ਼ਾਦੀ ਤਾਂ ਕਰਵਾ ਤੇ ਕੋ ਤਾਂ ਭਾ ਲਗੀ ਵਧੀਆ ਹਰ ਪਾਸੇ ਚੜਨ ਦੀ ਓਏ ਓਏ ਮਸਾਤ ਮੇਰੀ ਗਾਲ ਸੁਣ ਖੁਦਾ ਦੀ ਕਸਮ ਹੈ ਮੇਰਾ ਅੱਬਾ ਹੈ ਨਾ ਹੁੰਦੇ ਸੀਨੇ ਚ ਦਿਲ ਕਹਿਣੀ ਜੱਡਣ ਦੀ ਮੇਰੀ ਅੰਮਾ ਸੈਣ ਮਰ ਗਈ ਹੈ ਨਾ ਹੁਣ ਕੋ ਸਿਰਫ ਆਪਣੀ ਭਾ ਲੱਗੀ ਖੜੀ ਹੈ ਕਹਿ ਵੇਲੇ ਸ਼ੀਸ਼ੇ ਦੇ ਸਾਹਮਣੇ ਮੂੰਹ ਇਵੇਂ ਕਰਤੇ ਬਾਂਦਾ ਹੈ ਕਹਿ ਵੇਲੇ ਇਵੇਂ ਕਰਤੇ ਬਾਂਦਾ ਹੈ ਕਹਿ ਵੇਲੇ ਮੋਬਾਈਲ ਚਾਹ ਤੇ ਟਿਕਟੋਕਾਂ ਬੜਾਈ ਵਧਾ ਹੁੰਦਾ ਹੈ ਆਪਣਾ ਸ਼ੌਕ ਲੱਗਿਆ ਵਧਾ ਕੋ ਜਵਾਨ ਪੁੱਤਰ ਦਾ ਤਰਸ ਕਹਿਣੀ ਸੋਹਣਾ ਹੈ ਤੇਰਾ ਅੱਬਾ ਇਹਦੇ ਦੇਖਾ ਇਹਦੇ ਦੇਖਾ ਕਿ ਜੀ ਜਵਾਨ ਨੂੰ ਹੈ ਦੀ ਇਹਦੇ ਦੇਖਾ ਮੇਰੀ ਤਾਂ ਸੁਣ ਸੋਹਣਾ ਹੈ ਤੇਰਾ ਅੱਬਾ ਕਿਉਂ ਅੱਬੇ ਨਾਲ ਪਰਨੀ ਸੇ ਵੇ ਮੈਂ ਇੱਕ ਵੀ ਗੱਲ ਕਰਨ ਚਾਹੁੰਦੀ ਹਾਂ ਮੈਂ ਤੇ ਕੋ ਕੱਲ ਕਰੇ ਸਾ ਗੱਲ ਪੱਕੀ ਗੱਲ ਹੈ ਹਾਂ ਹਾਂ ਸਰ ਇਹ ਗੱਲ ਤਾਂ ਤੇਰੀ ਸਹੀ ਹੈ ਹੁਣ ਮੇਰੀ ਗੱਲ ਸੁਣ ਹਾਂ ਮਸਾ ਹਾਲੇ ਤੇਰੀ ਮੇਰੀ ਸ਼ਾਦੀ ਨਹੀਂ ਥੀਂਦੀ ਹੈ ਹਾਂ ਤੂੰ ਰਾਤ ਦਾ ਜਿਹੜਾ ਖਟੜੇ ਤੇ ਸੁਣਦੀ ਹਾਂ ਤੂੰ ਉੱਥਾਂ ਕੀ ਮਹਿਸੂਸ ਕਰੇਂ ਵੇ ਨਾ ਮੁਰਾਦਾ ਜਿਹੜੇ ਜਵਾਨ ਰਨ ਉੱਤੇ ਸੁਮੇ ਖਟੜੇ ਦੇ ਹਾਂ ਤੇ ਬਲਾਉਂ ਦੇ ਖਾ ਵਿੱਚ ਕੀ ਕੀ ਆਉਂਦੇ ਕੀ ਕੀ ਆਉਂਦੇ ਪਤਾ ਹੈ ਮੈਂ ਜਿ ਲੈਖਿਆ ਨੂੰ ਟੇਨੀ ਆ ਨਾ ਹਾਂ ਬਲਾ ਮੇਰੇ ਖਾ ਵਿੱਚ ਨਹੀਂ ਵੇ ਧੂਆਂ ਹੀ ਧੂਆਂ ਆਉਂਦੇ ਕਢੇਂਦਾ ਕੌਣ ਹੈ ਆਇਓ ਦਿਮਾ ਆਇਓ ਦਿਮਾ ਯੋੜ ਲੋ 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 ਲੋ